फिलौर के नजदीकी गांव आलपुर में आज सुबह उस वक्त दहशत का माहौल बन गया जब गांव का एक लड़का खुशहाल सिंह अपने घर में मृत पाएगा। शोर मचाने पर गांव के लोग उसको लेकर फिलौर निजी अस्पताल लेकर आए, जहां डॉक्टरों ने उसे मृत घोषित कर दिया। इस संबंध में जानकारी देते मृतक के भाई कुलवंत सिंह ने बताया कि वह तीन भाई हैं, दो भाई ऊपर रहते हैं जबकि उनका बड़ा भाई गांव में अपनी पत्नी व दो बच्चों के साथ रहता था। ਕੀ ਨਾਮ ਸੀ ਇਹਨਾਂ ਦਾ? ਉਹਨਾਂ ਖੁਸ਼ਪਾਲ ਸਿੰਘ ਮੇਰਾ ਭਰਾ ਸੀ, ਵੱਡਾ ਸ਼ਰਮ। ਇਹ ਕੀ ਡੈਥ ਕਿਦਾਂ ਹੋਈ ਭਾਜੀ? ਡੈਥ ਇਹਨਾਂ ਦੀ ਸਾਨੂੰ ਸਵੇਰੇ ਪਤਾ ਲੱਗਾ 8:30 ਵਜੇ। ਅੱਛਾ। ਰਾਤ ਦੀ ਕਿਤੇ ਲੜਾਈ ਲੜੂਈ ਹੁੰਦੀ ਹੋਊ ਕਿਤੇ ਇਹਨਾਂ ਦੀ ਰਾਤ ਦੀ ਕਿਤੇ ਜੀ, ਤੇ ਇਹਦਾ ਗਲਾ ਘੁੱਟਿਆ ਜੀ। ਅੱਛਾ। ਤੇ ਨੌਨ ਨੂੰ ਲੱਗੇ ਆ ਜੀ, ਤਾਂ ਇਹਨੂੰ ਮਾਰਿਆ ਜੀ ਫਿਰ ਸਵੇਰੇ ਕਿਤੇ ਤੇ ਦਵਾ ਪਿਲਾ ਤੀ, ਦਵਾ ਦਾ ਮੈਂ ਹਜੇ ਤੱਕ ਜਾਂਦਾ। ਇੱਕ ਇੱਕ ਬੱਚੇ ਮੰਗੇ ਨਾਂ ਦਾ ਕੋਈ ਸ਼ਖਸ ਉਹਦਾ ਨਾਮ ਚਾਹੁੰਦਾ ਹੈਗਾ ਜੀ? ਮੰਗਿਆ ਨਾਂ ਇਹ ਆ ਜੀ, ਇਹਨਾਂ 5-6 ਸਾਲ ਪਹਿਲਾਂ ਇਹਨਾਂ ਗੱਲਬਾਤ ਸੀ ਕਿਤੇ, ਭਰਾ ਸਾਡਾ ਬਾਹਰ ਗਿਆ ਸੀ, ਉਹ ਵੀ ਇੱਥੇ ਰਹਿੰਦਾ ਨਾ ਆਪਣੇ ਘਰ ਰਹਿੰਦਾ। ਕਿਹਦੇ ਨਾਲ ਗੱਲਬਾਤ ਸੀ? ਸਾਡੀ ਭਰਜਾਈ ਨਾਲ। ਅੱਛਾ। ਅੱਛਾ, ਸੁਖੀ ਨਾਲ ਜੀ। ਮੇਰੇ ਭਰਾ ਕੁਝ ਸਾਲ ਪਹਿਲੇ ਉਨਕਾ ਭਾਈ ਕਾਮ ਕੇ ਸਿਲਸਿਲੇ ਮੇ ਸਾਊਦੀ ਅਰਬ ਗਿਆ ਥਾ, ਜਿਸਕੇ ਬਾਅਦ ਉਸਕੀ ਪਤਨੀ ਕੇ ਨਾਜਾਇਜ਼ ਸੰਬੰਧ ਗਾਮ ਕੇ ਰਹਿਣੇ ਵਾਲੇ ਯੁਵਕ ਕੇ ਸਾਥ ਬਨ ਗਏ। ਲਗਭਗ 2 ਸਾਲ ਪਹਿਲੇ ਉਸਕਾ ਭਾਈ ਵਿਦੇਸ਼ ਸੇ ਬਾਹਰ ਆਇਆ, ਜਬ ਉਸਕੋ ਆਪਣੀ ਪਤਨੀ ਕੇ ਨਾਜਾਇਜ਼ ਸੰਬੰਧੋ ਕੇ ਬਾਰੇ ਮੇ ਪਤਾ ਚਲਾ ਤੋ ਘਰ ਮੇ ਕਲੇਸ਼ ਰਹਿਣੇ ਲਗਾ, ਜਿਸਕੇ ਬਾਅਦ ਗਾਮ ਕੇ ਲੋਗੋ ਨੇ ਕਈ ਬਾਰ ਉਨਕਾ ਸਮਝੌਤਾ ਕਰਵਾਇਆ ਪਰ ਨਾਜਾਇਜ਼ ਸੰਬੰਧੋ ਕਾ ਰਿਸ਼ਤਾ ਚਲਤਾ ਰਹਾ। ਕਲ ਰਾਤ ਵੀ ਉਸਕੋ ਲੇਕਰ ਘਰ ਮੇ ਹੰਗਾਮਾ ਹੁਆ, ਜਿਸਕੇ ਬਾਅਦ ਆਜ ਸੁਬਹ ਖੁਸ਼ਹਾਲ ਸਿੰਘ ਸੀਰੀਅਸ ਹਾਲਤ ਮੇ ਮੰਜੇ ਪਰ ਪੜਾ ਮਿਲਾ, ਜਬ ਗਾਂਵ ਕੇ ਲੋਕ ਉਸੇ ਲੇਕਰ ਹਸਪਤਾਲ ਗਏ ਜਹਾਂ ਡਾਕਟਰ ਨੇ ਉਸੇ ਮ੍ਰਿਤ ਘੋਸ਼ਿਤ ਕਰ ਦਿਆ। ਇਸਕੀ ਸੂਚਨਾ ਮ੍ਰਿਤਕ ਕੇ ਭਾਈਓ ਕੋ ਦੀ ਗਈ, ਵਹ ਉਸਕੀ ਲਾਸ਼ ਵਾਪਿਸ ਲੇਕਰ ਗਾਂਵ ਪਹੁੰਚੇ ਤੋ ਉਸਕੇ ਭਾਈ ਵੀ ਗਾਂਵ ਮੇ ਪਹੁੰਚ ਗਏ, ਜਹਾਂ ਪਰ ਪਹਿਲੇ ਸੇ ਮੌਜੂਦ ਮ੍ਰਿਤਕ ਕੇ ਆਸ਼ਿਕ ਨੇ ਉਨਸੇ ਮਾਰਪੀਟ ਕੀ। ਮ੍ਰਿਤਕ ਕੇ ਸ਼ਵ ਕੋ ਪੁਲਿਸ ਨੇ ਆਪਣੇ ਕਬਜ਼ੇ ਮੇ ਲੇਕਰ ਪੋਸਟਮਾਰਟਮ ਕੇ ਲਈ ਸਿਵਲ ਹਸਪਤਾਲ ਫਿਲੌਰ ਮੇ ਰਖਵਾ ਦਿਆ ਹੈ। ਪੁਲਿਸ ਨੇ ਮ੍ਰਿਤਕ ਕੀ ਪਤਨੀ ਵੈਸਾਲੀ ਕੋ ਪੁੱਛਤਾਛ ਕੇ ਲਈ ਹਿਰਾਸਤ ਮੇ ਲੈ ਲਿਆ ਹੈ। ਇਸ ਸੰਬੰਧ ਮੇ ਐਸਆਈ ਲਾਭ ਸਿੰਘ ਨੇ ਬਤਾਇਆ ਕਿ ਮ੍ਰਿਤਕ ਕੇ ਭਾਈ ਕੇ ਬਿਆਨ ਕੇ ਆਧਾਰ ਪਰ ਮੈਡੀਕਲ ਰਿਪੋਰਟ ਪਰ ਬਣਤੀ ਕਾਨੂੰਨੀ ਕਾਰਵਾਈ ਕੀ ਜਾਏਗੀ। ਸਰ ਸਾਨੂੰ ਪਤਾ ਨਹੀਂ, ਜਦੋਂ ਉਲਟੀਆਂ ਖਾਣ ਲੱਗ ਗਏ ਨਾ, ਮੈਂ ਆਪਣੀ ਭੈਣ ਨੂੰ ਕਿਹਾ ਮੈਨੂੰ ਸਮੈਲ ਆਈ ਆ, ਸ਼ਾਇਦ ਇਹਨੇ ਕੁਛ ਪੀ ਲਿਆ, ਤੇ ਮੇਰੀ ਭੈਣ ਕਹਿੰਦੀ ਤੂੰ ਕੀ ਪਿੱਤਾ ਕੀ ਪਿੱਤਾ, ਉਹਨਾਂ ਪੌੜੀਆਂ ਤੇ ਡਿੱਗ ਗਏ, ਜਿੱਦਾਂ ਪੌੜੀਆਂ ਨਵੇਂ ਫਿਰ ਉਹਨਾਂ ਨੂੰ ਉਲਟੀਆਂ ਹੋ ਰਹੀਆਂ ਸੀ, ਮੂੰਹ ਤੋਂ ਝੱਗ ਜਾਣ ਲੱਗੇ। ਫਿਰ ਅਸੀਂ ਨਾ ਅਸੀਂ ਫੋਨ ਘੁਮਾਉਣ ਲੱਗ ਗਏ ਸਾਰੇ, ਮੈਂ ਐਂਬੂਲੈਂਸ ਨੂੰ ਵੀ ਫੋਨ ਕੀਤਾ ਤੇ ਮੈਂ ਕਿਹਾ ਅਸੀਂ ਫਿਰ ਗੱਡੀ ਨੂੰ ਫੋਨ, ਉਹਨਾਂ ਨੇ ਅੱਧਾ ਘੰਟਾ ਲਾਤਾ ਆਉਂਦੇ ਆਉਂਦੇ ਨੇ, ਫਿਰ ਸਾਡੇ ਕੋਲ ਚੱਕ ਨਹੀਂ ਸੀ ਹੁੰਦਾ, ਫਿਰ ਹੱਥ ਪੈਰ ਮੁੜ ਗਏ। ਉਹ ਕਹਿੰਦੇ ਵੀ ਕੋਈ ਨਹੀਂ ਹੈ ਨਾ ਵੀ ਠੀਕ ਹੋ ਜਾਣਾ, ਸਾਨੂੰ ਪਤਾ ਨਹੀਂ ਸੀ ਇਹਨੇ ਕੀ ਪਿੱਤਾ ਆ, ਸਾਨੂੰ ਪਤਾ ਸਮੈਲ ਬਹੁਤ ਆਉਂਦੀ ਸੀ, ਮੂੰਹ ਤੋਂ ਝੱਗ ਵੀ ਨਿਕਲਦੀ ਸੀਗੀ। ਲੜੇ ਲੜੇ ਸੀ ਸਵੇਰੇ ਕੋਈ? ਰਾਤ ਲੜੇ ਸੀ ਸਵੇਰੇ ਨਹੀਂ। ਹਾਂਜੀ। ਨਾ ਫੋਨ ਥਾਣੇ ਆਇਆ ਸੀ ਜਗਲਪੁਰ ਪਿੰਡ ਦੇ ਵਿੱਚ, ਕਿਸੇ ਬੰਦੇ ਨੇ ਜ਼ਹਿਰ ਖਾ ਲਿਆ ਅਤੇ ਪੁਲਿਸ ਮੌਕਾ ਪਰ ਭੇਜੋ, ਜਿਸ 'ਤੇ ਮੈਂ ਸਮੇਤ ਆਪਣੇ ਹੋਰ ਸਾਥੀ ਕਰਮਚਾਰੀਆਂ ਦੇ ਮੌਕੇ 'ਤੇ ਪੁੱਜਾ, ਜਿੱਥੇ ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਹਾਜ਼ਰ ਮਿਲਿਆ, ਜਿਹਨੇ ਮੇਰੇ ਕੋਲ ਉਹਦਾ ਬਿਆਨ ਲਿਖਾਇਆ ਹੈ ਕਿ ਉਹ ਤਿੰਨ ਭਾਈ ਆ, ਉਹਦਾ ਵੱਡਾ ਭਰਾ ਆਪਣੇ ਪਰਿਵਾਰ ਸਮੇਤ ਪਿੰਡ ਅਗਲਪੁਰ 'ਚ ਰਹਿੰਦਾ ਅਤੇ ਗੁਰਮੇਲ ਸਿੰਘ ਅਤੇ ਉਹਦਾ ਛੋਟਾ ਭਰਾ ਕੁਲਵੰਤ ਸਿੰਘ ਇਹ ਖੇਤਾਂ ਵਿੱਚ ਮਕਾਨ ਬਣਾ ਕੇ ਰਹਿੰਦੇ ਆ, ਅਤੇ ਜਿਹੜਾ ਉਹਦਾ ਵੱਡਾ ਭਰਾ ਖੁਸ਼ਪਾਲ ਸਿੰਘ ਆ ਉਹਦੀ ਪਤਨੀ ਸੁਖਵਿੰਦਰ ਕੌਰ ਸੁੱਖੀ, ਜਿਹਦੇ ਇੱਕ ਪਿੰਡ ਦੇ ਮੁੰਡੇ ਨਾਲ ਮੰਗਾ ਹਰਪ੍ਰੀਤ ਸਿੰਘ ਮੰਗੇ ਨਾਲ ਨਜਾਇਜ਼ ਸੰਬੰਧ ਸੀ, ਜਿਸ ਤੋਂ ਉਹ ਉਹਨੂੰ ਰੋਕਦਾ ਸੀ ਅਤੇ ਜੋ ਉਹਨੂੰ ਤੰਗ ਪਰੇਸ਼ਾਨ ਕਰਨ ਲੱਗ ਗਿਆ ਅਤੇ ਉਹਦੀ ਕੁੱਟਮਾਰ ਵੀ ਕਰਦੇ ਸੀ, ਅਤੇ ਜਿਹਨੇ ਅੱਜ ਉਹਨਾਂ ਤੋਂ ਤੰਗ ਹੋ ਕੇ ਜਿਹੜੀ ਆ ਕੋਈ ਜ਼ਹਿਰੀਲੀ ਚੀਜ਼ ਖਾ ਲਈ ਆ, ਜ਼ਹਿਰੀਲੀ ਚੀਜ਼ ਖਾ ਕੇ ਉਹਨੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਲਿਆ ਵਾ, ਜਿਸ ਤੋਂ ਬਿਆਨ ਲਿਖ ਕੇ ਮੁਕੱਦਮਾ ਦਰਜ ਕਰ ਦਿੱਤਾ ਵਾ, ਅੱਗੇ ਤਫਤੀਸ਼ ਚੱਲ ਰਹੀ ਆ, ਜਿਹੜੇ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨ ਸਰਕਾਰ ਨੇ ਕੀਤੀ।